ਮੈਨੂੰ ਲੱਗਦਾ ਹੈ ਪੰਜਾਬੀ ਗਾਇਕ ਲੋਕ ਸੁਧਰਨਗੇ ਪੰਜਾਬੀ ਲੋਕ ਗਾਇਕ ਲੋਕ ਚੰਗੇ ਗਾਣਾ ਗਾਉਣਗੇ ਪਰ ਕੀ ਇਹ ਸੁਧਾਰ ਸਿਰਫ ਪੰਜਾਬ ਲਈ ਹੈ ਜਾਂ ਪੰਜਾਬੀਆਂ ਲਈ ਹੈਗਾ ਕਿਉਂਕਿ ਤੁਸੀਂ ਸੋਸ਼ਲ ਮੀਡੀਆ ਤੇ ਅਪਡੇਟ ਤਾਂ ਰਹਿੰਦੇ ਹੀ ਹੋਵੋਗੇ ਹਾਲੀ ਦੇ ਵਿੱਚ ਫਿਲਮ ਆਈ ਹੈ ਐਨੀਮਲ ਉਹਦੇ ਵਿੱਚ ਪੰਜਾਬੀ ਗਾਣਾ ਬੜਾ ਰੋਲ ਆ ਰਿਹਾ ਕਿ ਪੰਜਾਬੀਆਂ ਦੀ ਸ਼ਾਨ ਵਧੀ ਹੈ ਪਰ ਉਹਦੇ ਵਿੱਚ ਬਹੁਤ ਸਾਰੀ ਮਾਰ ਕਾਰਟ ਹੈ ਉਹਦੇ ਚ 15 ਮਿੰਟ ਦਾ ਇੱਕ ਸੀਨ ਹੈ ਕਿ ਆ ਜਾ ਰਿਹਾ ਜਿਹਦੇ ਚ ਇੰਨੀ ਹਿੰਸਾ ਹੈਗੀ ਹੈ ਇਹੋ ਜੇ ਲੋਕਾਂ ਦੇ ਖਿਲਾਫ ਤੁਸੀਂ ਕਿਉਂ ਨਹੀਂ ਬੋਲਦੇ ਕਿਉਂਕਿ ਜਿਹੜੇ ਰਣਵੀਰ ਕਪੂਰ ਨੇ ਉਹਨਾਂ ਦੇ ਵੀ ਕਿਤੇ ਨਾ ਕਿਤੇ ਪੰਜਾਬ ਤੋਂ ਹੀ ਉੱਠ ਕੇ ਉਹ ਬਜ਼ੁਰਗ ਗਏ ਹੋਏ ਆ ਪੰਜਾਬ ਵੀ ਹੀ ਫੈਮਿਲੀ ਹੈਗੀ ਹੈ ਜੀ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਆ ਹਿੰਦੀ ਪਾਸ਼ਾ ਦੇ ਜਿੰਨੇ ਵੀ ਗਾਣੇ ਜਾਂ ਫਿਲਮ ਰਿਲੀਜ਼ ਹੁੰਦੇ ਨੇ ਉਹਨਾਂ ਦੇ ਖਿਲਾਫ ਵੀ ਸੈਂਸਰ ਬੋਰਡ ਆਫ ਇੰਡੀਆ ਨੂੰ ਮੈਂ ਨੋਟਿਸ ਕਢਾਇਆ ਕਿਉਂਕਿ ਉਹ ਐਨੀਮਲ ਫਿਲਮ ਦੇ ਖਿਲਾਫ ਕਰਦੋ ਨਾ ਟੈਨੀਮਲ ਸਾਰੇ ਫਿਲਮ ਸਾਰੇ ਫਿਲਮ ਨੂੰ ਜੋੜ ਕੇ ਮੈਂ ਨੋਟਿਸ ਕਰਿਆ ਕਿ ਸੈਂਸਰ ਬੋਰਡ ਆਫ ਇੰਡੀਆ ਦੀ ਕੰਡੀਸ਼ਨ ਹੈ ਕਿ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਫਿਲਮ ਦੇ ਸੀਨ ਨਹੀਂ ਰਿਲੀਜ਼ ਹੋ ਸਕਦੇ ਫਿਰ ਵੀ ਉਹ ਰਿਲੀਜ਼ ਕਰ ਰਹੇ ਨੇ ਭਾਵੇਂ ਉਹ ਸੌਤਦੀਬ ਫਿਲਮ ਹੋਵੇ ਸਾਰੇ ਨੂੰ ਇਕਜੁੱਟ ਕਰਕੇ ਮੈਂ ਹਾਈ ਕੋਰਟ ਦੇ ਵਿੱਚ ਮੈਂ ਪੇਸ਼ ਕਰਨ ਵਾਲਾ ਕੰਟੈਂਪਟ ਆਫ ਕੋਰਟ ਦੇ ਵਿੱਚ ਮੈਂ ਫਾਈਲ ਜਾਵਾਂਗਾ ਜ਼ਰੂਰ ਦੇਖੋ ਭੁਪਿੰਦਰ ਸਾਹਿਬ ਨੇ ਲੋਕਗੀਤ ਗਾਉਣ ਵਾਲੇ ਪੰਜਾਬੀ ਗਾਇਕ ਗਾਏ ਪਰ ਉਸ ਦੀ ਚਿੱਤਰੀਕਰਨ ਗਲਤ ਹੋਇਆ ਹੈ ਹਿੰਸਾ ਪ੍ਰੇਰਿਤ ਕੀਤਾ ਗਿਆ ਹੈ ਉਹ ਸਾਰੇ ਮੈਂ ਮਾਨੋ ਹਾਈ ਕੋਰਟ ਦੇ ਵਿੱਚ ਪੇਸ਼ ਕਰਾਂਗਾ ਕੰਟੈਂਪਟ ਆਫ ਕੋਰਟ ਦੇ ਸੈਂਸਰ ਬੋਰਡ ਨੂੰ ਇੱਕ ਦਿਨ ਜ਼ਰੂਰ ਲਾਵਾਂਗਾ ਤੁਸੀਂ ਦੇਖੋਗੇ ਐਨੀਮਲ ਅਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਫਿਲਮਾਂ ਆ ਸਾਊਥ ਦੀਆਂ ਹੋਣ ਜਿੰਨਾ ਚ ਇੰਨੀ ਹਿੰਸਾ ਜਿਹੜੀ ਹੈਗੀ ਹੈ ਜਾਂ ਵਾਇਲੈਂਸ ਨੂੰ ਪ੍ਰਮੋਟ ਕੀਤਾ ਜਾਂਦਾ ਤੁਹਾਡੇ ਕਹਿੰਦਾ ਪਾਬਕੀ ਉਹਨਾਂ ਦੇ ਖਿਲਾਫ ਵੀ ਹੁਣ ਤੁਸੀਂ ਜਿਹੜਾ ਹੈਗਾ ਵਿੱਡੋਗੇ ਸੰਘਰਸ਼ 100% ਮੈਡਮ ਸਾਰੇ ਮੈਂ ਇਕੱਠਾ ਕਰਕੇ ਜ਼ਰੂਰ ਮਾਨੋ ਹਾਈ ਕੋਰਟ ਦੇ ਵਿੱਚ ਪੇਸ਼ ਕਰਾਂਗਾ ਸੈਂਸਰ ਬੋਰਡ ਆਫ ਇੰਡੀਆ ਨੋਮੈਂਸ ਸਿੱਧੀ ਤੌਰ ਤੇ ਕੰਟੈਂਪਟ ਆਫ ਕੋਰਟ ਦੇ ਵਿੱਚ ਮੈਂ ਸ਼ਾਮਿਲ ਕਰਾਂਗਾ ਤਾਂ ਕਿ ਮਾਨ ਕੋ ਹਾਈ ਉਸ਼ਾਪਰੀ ਸੀਨ ਸਾਡੇ ਬੱਚੇ ਤੇ ਅਸਰ ਕਰਦੇ ਇਸ ਲਈ ਉਹਨਾਂ ਨੂੰ ਮੈਂ ਜ਼ਰੂਰ ਕੋਰਟ ਦੇ ਵਿੱਚ ਲੈ ਜਾਵਾਂਗਾ ਜੀ ਸੋ ਹਾਲੀ ਦੇ ਵਿੱਚ ਤੁਸੀਂ ਕੇਐਸ ਮੱਖਣ ਉਹਨਾਂ ਦਾ ਗਾਣਾ ਆਉਣ ਵਾਲਾ ਸੀਗਾ ਤੁਸੀਂ ਕਿਹਾ ਸੀ ਵੀ ਉਹ ਗਾਣਾ ਜਿਹੜਾ ਆਉਣ ਵਾਲਾ ਹੈ ਉਹ ਠੀਕ ਨਹੀਂ ਹੈ ਉਸ ਦੇ ਵਿੱਚ ਕੁਛ ਨਾ ਕੁਛ ਜਿਹੜਾ ਹੈ ਉਹ ਹਥਿਆਰਾਂਦਨ ਨੂੰ ਪ੍ਰਮੋਟ ਕੀਤਾ ਗਿਆ ਹੈਗਾ ਸੋ ਉਹਨੂੰ ਲੈ ਕੇ ਕੀ ਗੱਲਬਾਤ ਹੋਈ ਹੈ ਕਿਉਂਕਿ ਗਾਣਾ ਹਲੇ ਰਿਲੀਜ਼ ਨਹੀਂ ਹੋਇਆ ਕਿ ਉਹ ਤੁਹਾਡੇ ਐਫਰਟਸ ਦੇ ਕਰਕੇ ਜਿਹੜਾ ਹੈਗਾ ਉਹਨੂੰ ਹਾਲੀ ਦੇ ਲਈ ਰੋਕਿਆ ਗਿਆ ਹੈਗਾ ਕੀ ਕਾਰਨ ਕੀ ਹੈ ਜੀ ਬਿਲਕੁਲ ਜਦੋਂ ਸਾਨੂੰ ਪਤਾ ਚੱਲਿਆ ਇੱਕ ਮਹੀਨੇ ਤੋਂ ਪਹਿਲਾਂ ਤੁਰੰਤ ਮੈਨੇ ਮਾਨੋਗ ਡਿਪਟੀ ਕਮਿਸ਼ਨਰ ਦਪਟੀ ਬਟਿੰਡਾ ਅਤੇ ਐਸਪੀ ਐਸਐਸਪੀ ਸਾਹਿਬ ਨੂੰ ਸਿਕਾਇਤ ਦਰਜ ਕਰਨ ਤੋਂ ਬਾਅਦ ਐਸਐਸਪੀ ਸਾਹਿਬ ਬਟਿੰਡਾ ਨੇ ਕਮਾਲ ਦਾ ਕੰਮ ਕਰਦੇ ਉਹ ਸਾਰੇ ਨੂੰ ਸੱਦਾ ਦੇ ਕੇ ਉਹਨਾਂ ਨੂੰ ਵਾਰਨਿੰਗ ਦੇਣ ਤੋਂ ਬਾਅਦ ਮੈਨੂੰ ਲੱਗਦਾ ਹੈ ਉਹ ਹਰ ਇੱਕ ਚੀਚਾ ਕੇ ਗਾਣੇ ਦੇ ਵਿੱਚੋਂ ਜਿਹੜੇ ਹਥਿਆਰ ਦੀ ਵਰਤੋਂ ਹੋਇਆ ਉਹ ਕੱਢ ਕੇ ਸਾਫ ਸੁਥਰਾ ਗਾਣਾ ਉਹ ਰਿਲੀਜ਼ ਕਰ ਦਿੱਤੇ ਨੇ ਕੋਈ ਕੁਝ ਹੋਰ ਟਾਈਟਲ ਦੇ ਕੇ ਮੈਨੂੰ ਲੱਗਦਾ ਹੈ ਅਸਰ ਹੋਇਆ ਹੈ ਅਸਰ ਇਸ ਪੈਂਤੀ ਅੱਖਰ ਦੀ ਅਸਰ ਇਸ ਪੈਂਤੀ ਆਕਤ ਦੀ ਅੱਖਰ ਦੀ ਅਸਰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਜੋ 22 ਅਤ 2019 ਨੂੰ ਕਿਹਾ ਸੀ ਕਿ ਕੋਈ ਵੀ ਭਾਸ਼ਾ ਦੇ ਵਿੱਚ ਲਕਚਰ ਸ਼ਰਾਬੀ ਹਤਿਆਰੀ ਗਾਣਾ ਨਹੀਂ ਗਾ ਸਕਦੇ ਅਸਰ ਹੋਇਆ ਹੈ ਮੈਨੂੰ ਲੱਗਦਾ ਹੋਰ ਹੋਏਗੀ ਆਉਣ ਵਾਲੇ ਸਮੇਂ ਤੋਂ ਕੋਈ ਵੀ ਗਾਇਕ ਹਿੰਮਤ ਨਹੀਂ ਕਰਨਗੇ ਇਸ ਪੈਂਤੀ ਅੱਖਰ ਪਵਿੱਤਰ ਭਾਸ਼ਾ ਦੇ ਵਿੱਚ ਲਕਚਰ ਸ਼ਰਾਬੀ ਹਤਿਆਰੀ ਗਾਣੇ ਦੇ ਵਿੱਚ ਜੀ ਮੈਨੂੰ ਲੱਗਦਾ ਹੈ ਇਹ ਹਤਿਆਰਪਨ ਖਤਮ ਹੋਣਾ ਚਾਹੀਦਾ ਹੋ ਚੁੱਕਿਆ ਹੈ बहुत सारे लोगों ने त्याग कर देते ने बहुत सुधार होया मैं शुक्रगुजार शुक्रगुजारा हाई कोर्ट दी मैं शुक्रगुजार मान्योग मुख्यमंत्री श्री भगवंत सिंह साहब दी उन्होंने भी नोटिस काट के उन्होंने जो सब ने जागरूक कर दिते ने कहता पावे बहुत बहुत कुछ लोग सुधर चुके ने कुछ लोग जिम्मे मक्खन साहब होया कुछ लोग सिप्पी गिल वर्ग लोग होंगे ने वो भी सुधर चुके ने ਜੀ ਮਾ ਬੱਬੂ ਮਾਨ ਨੇ ਵੀ আজকাল ਸ਼ਰਾਦੀ ਗਾਣਾ ਗਾਰੇ ਨੇ ਉਹਨਾਂ ਨੂੰ ਮੈਂ ਬਹੁਤ ਨਿਮਰਤਾ ਨਾਲ ਬੇਨਤੀ ਕੀਤੀ ਹੈ ਉਹ ਸਟੇਜ ਤੇ ਨਹੀਂ ਗਾ ਰਹੇ ਨੇ ਕੁਝ ਦਿਨ ਤੋਂ ਪਹਿਲਾਂ ਚੰਡੀਗੜ੍ਹ ਆਏ ਸਟੇਜ ਤੇ ਨਹੀਂ ਗਾਏ ਪਰ ਉਹ ਗਾਣਾ ਗਾਏ ਤੁਸੀਂ ਗਏ ਸੀ ਉੱਥੇ ਨਹੀਂ ਨਹੀਂ ਗਿਆ ਮੇਰਾ ਕੁਝ ਮਿੱਤਰ ਨੇ ਉੱਥੇ ਗਏ ਲਾਈਵ ਵਾਸੀ ਦੇਖਿਆ ਪਰ ਉਹਨਾਂ ਨੇ ਨਹੀਂ ਗਿਆ ਮੰਚੀ ਆਪਣਾ ਨੈਟਵਰਕ ਪੂਰਾ ਰੱਖਦੇ ਹੋ ਪਤਾ ਰਵੇ ਨੈਟਵਰਕ ਮਤਲਬ ਮਾਨੋ ਹਾਈ ਕੋਰਟ ਦੇ ਵਿੱਚ ਸਾਨੂੰ ਦਰਜ ਕਰਨਾ ਪੈਂਦੀ ਹੈ ਜੀ ਸਾਰੇ 스테ਜ ਲਾਈਵ ਤੇ ਕਿਵੇਂ ਕਿਵੇਂ ਕੌਣ ਕੌਣ ਦੇ ਨੇ ਕਿਉਂ ਕਿ ਆ ਕਿਉਂਕਿ ਬੱਬੂ ਮੰਦੇ 스테ਜ শো ਤੋਂ ਪਹਿਲਾਂ ਮੈਨੇ ਨੋਟਿਸ ਕੱਢਿਆ ਸੀ ਡੀਸੀ ਸਾਹਿਬ ਨੂੰ ਡੀਸੀ ਸਾਹਿਬ ਨੇ ਉਹਨਾਂ ਨੂੰ ਵਾਰਨਿੰਗ ਦਿੱਤੀ ਇਸ ਲਈ ਉਹ 스테ਜ ਤੇ ਨਹੀਂ ਗਏ ਨੇ ਕਹਿਣ ਦਾ ਪਾਵਾ ਹੈ ਮਾਨੋ ਹਾਈ ਕੋਰਟ ਦੀ ਹੁਕਮ ਨੂੰ ਮੈਂ ਲਾਗੂ ਕਰਵਾਉਂਦਾ ਹੈ ਜਿੱਤੇ ਜਿੱਤੇ ਗਾਇਕ ਗਾਉਂਦੇ ਨੇ ਉਹਨੂੰ ਨੋਟਿਸ ਪਹਿਲੇ ਕਰਵਾਉਂਦੇ ਨੇ ਕਹਿਣ ਦਾ ਭਾਵ ਹੈ ਸਾਰੇ ਸੁਧਰ ਚੁੱਕੇ ਨੇ ਮੇਰਾ ਮਕਸਦ ਇੱਕ ਹੋਏ ਕਿ ਮੈਡਮ ਇਸ ਪੈਂਤੀ ਅੱਖਰ ਦੀ ਸਨਮਾਨ ਹੋਵੇ ਸੋ ਪੰਜਾਬ ਦੇ ਕਾਫੀ ਸਿੰਗਰ ਜਿਹੜੇ ਬਦਲੇ ਨੇ ਤੁਹਾਨੂੰ ਲੱਗਦਾ ਵੀ ਸੁਧਾਰ ਆਇਆ ਮੈਂ ਸ਼ੁਕਰਗੁਜ਼ਾਰ ਹਾਂ ਬਹੁਤ ਸ਼ੁਕਰਗੁਜ਼ਾਰ ਹਾਂ ਪੰਜਾਬੀ ਗਾਇਕ ਲੋਕ ਕਮਾਲ ਦੇ ਹੁੰਦੇ ਨੇ ਜੇਕਰ ਉਹ ਚੰਗੇ ਲੋਕ ਗਾਉਣਗੇ ਚੰਗੇ ਗਾਣਾ ਗਾਉਣਗੇ ਚਾਰ ਸਾਹਿਬ ਜਾਦੇ ਬੰਦਾ ਸਿੰਘ ਬਹਾਦੁਰ ਲੋਕ ਗੀਤ ਗਾਣ ਗਾਉਣਗੇ ਇਹਨਾਂ ਨੂੰ ਵੀ ਗ੍ਰੈਮੀ ਅਵਾਰਡ ਮਿਲ ਸਕਦੀ ਹੈ ਮੈਡਮ